सल्ले अला सलेअला नबीना सलेअला नबी ना सल्ले अला शफी शफफ़ी सल्ले अला मोहम्मद और पूछेगा मुझसे जब खुदा कम किया है नेक क्या अरे पूछेगा मुझसे जब खुदा कम किया है नेक क्या साफ कहूँगा बरमला मला साफ कहूँगा बरमला मला अला आला मोहम्मद सल्ले आला नबी ना सल्ले अला मोहम्मद اوز اللہ ابن الشدوان الراجم بسم اللہ الرحمن الرحیم میرے دوستو تے میرے اسلامی بہن بھائیو ਤੁہانوں اگے میں بسم اللہ شریف دے عامل بننا طریقہ دسیا ہے جدوں تسی اینو چار وظیفے اپنے پورے کر لو یا ایک وظیفہ تسی پورا کر لو سوال اکلا پورا کر لو 40 دناں الا کر لو 20 ਦਿਨਾਂ ਨਾਲ ਕਰ ਲੋ 10 ਦਿਨਾਂ ਨਾਲ ਕਰ ਲੋ ਜਾਂ ਫਿਰ 5 ਦਿਨਾਂ ਨਾਲ ਕਰ ਲੋ ਅਸਲ ਤੇ ਕਰਨ ਤੋਂ ਬਾਅਦ ਤੁਸੀਂ ਇਹਨੂੰ ਜਿਹੜਾ ਬਾਚ ਨੂੰ ਜਾਰੀ ਆਸੇ ਅਮਲ ਨੂੰ ਆਪਣੇ ਕਾਬੂ ਹੀ ਰੱਖਣਾ ਤੁਸੀਂ ਕਰਨਾ ਹੈ ਜਾਂ ਤੇਨੂੰ ਤੁਸੀਂ ਉਸ ਤੋਂ ਬਾਅਦ ਜਿਹੜਾ ਚਾਰ ਅਮਲ ਤੁਸੀਂ ਕਰ ਲੈਨੇ ਆਪਣੇ ਜਿਹੜਾ ਵੀ ਅਮਲ ਕਰ ਰਿਹਾ ਇਹਨੂੰ ਤਦਾਦ ਅਧੀ ਬਾਅਦ ਤੁਸੀਂ ਰੱਖਣੀ ਹੈ ਜਾਂ ਤੇ 786 ਵਾਰ ਇਹਨੂੰ ਤੁਸੀਂ ਆਪਣੇ ਅਮਲ 'ਚ ਰੱਖਣਾ ਹਰ ਰੋਜ਼ ਤਾਂ ਕਿ ਤੁਹਾਡਾ ਅਮਲ ਜਾਰੀ ਰਵੇ ਤੇ ਜੇ ਥੋੜੀ ਤੁਹਾਡੇ ਕੋਲ ਟਾਈਮ ਜ਼ਿਆਦਾ ਹੈ ਫਿਰ ਤੁਸੀਂ ਇਹਨੂੰ 1900 ਦਫਾ ਬismillah शरीफ ਨੂੰ ਤੁਸੀਂ ਆਪਣਾ ਹਰ ਰੋਜ਼ ਪੜਨਾ ਕਰਨਾ ਜਾਰੀ ਰੱਖਣਾ ਠੀਕ ਹੈ ਕੋਈ ਐਸਾ ਦਿਨ ਆਂਦਾ ਬਿਲਕੁਲ ਕੋਈ ਐਸੀ ਮੁਸੀਬਤ ਬਣ ਜਾਂਦਾ ਨਹੀਂ ਪੜਿਆ ਪੜਨ ਦਾ ਟਾਈਮ ਮਿਲਦਾ ਫਿਰ ਦੋਸਤੋ ਤੇ ਬੱਚਿਓ ਇਹਨੂੰ 90 ਦਫਾ ਇਹਨੂੰ ਜ਼ਰੂਰ ਪੜਨਾ ਜੋ ਉਸ ਦਿਨ ਉੱਠ ਕੇ ਠੀਕ ਹੈ ਇਨਸ਼ਾਅੱਲਾ ਤੁਹਾਡਾ ਅਮਲ ਤੁਹਾਡੇ ਕਾਬੂ ਚ ਰਹੇਗਾ ਇਹਦਾ ਫਾਇਦਾ ਤੁਹਾਡੇ ਨਾਲ ਤੁਹਾਡੇ ਕੋਲ ਜਾਰੀ ਰਹੇਗਾ ਜਦੋਂ ਤੁਸੀਂ ਪੜੋ ਕਰੋਗੇ ਤੇ ਘੱਟ ਤੋਂ ਘੱਟ 1900 ਦਫਾ ਜਾਂ 786 ਦਫਾ ਇਹ ਤੁਸੀਂ ਉਸ ਤੋਂ ਬਾਅਦ 4 ਵਾਰੀ ਦਫਾ 1/2 ਲੱਖ ਤੋਂ ਬਾਅਦ ਇਹ ਜਾਰੀ ਰੱਖਣਾ ਜ਼ਰੂਰ ਲੋ ਬੱਚੋ ਇਹ ਹੁਣ ਤੁਸੀਂ ਕੰਨ ਵਿੱਚ ਦਾਸ ਦਿੱਤਾ ਹੈ ਵੀ 4 ਜਦੋਂ ਤੁਸੀਂ 1/2 ਲੱਖ ਪੂਰਾ ਕਰ ਲਿਆ ਬਿਸਮਿਲ੍ਲਾ ਸ਼ਰੀਫ 20 ਦਿਨਾਂ ਲਈ ਕਰ ਲਓ 20 ਦਿਨਾਂ ਵਾਲਾ ਚਿੜਾ ਕਰ ਲਿਆ 40 ਦਿਨਾਂ ਕਰ ਕਰ ਲਓ 10 ਦੇ ਨਾਲ ਆ ਕਰ ਲਿਆ ਉਸ ਤੋਂ ਬਾਅਦ ਤੁਸੀਂ 5 ਦੇ ਨਾਲ ਵੀ ਕਰ ਲਓ ਉਸ ਤੋਂ ਬਾਅਦ ਤੁਸੀਂ ਛੱਡਣਾ ਨਹੀਂ ਇਹਨੂੰ ਵੀ ਐਵੇਂ ਮੰਨ ਕਰ ਲੈ ਛੱਡ ਦੇ ਨਹੀਂ ਛੱਡਣਾ ਨਹੀਂ ਜੇ ਇਹਨੂੰ ਬੱਚੋ ਇਹਨੂੰ ਜਾਰੀ ਰੱਖਣਾ ਸਾਸ ਮੰਨੂ ਇਹਨੂੰ ਜਾਂ 786 ਦਫਾ ਜਾਂ 1900 ਦਫਾ ਇਹਨੂੰ ਪੜਦੇ ਰਹਿਣਾ ਫਿਰ ਤੁਹਾਨੂੰ ਹੋਰ ਤੁਸੀਂ ਲੰਮੇ ਫਿਰ ਤੁਹਾਨੂੰ ਦਫਾ ਕਰਨ ਦੀ ਲੋੜ ਨਹੀਂ ਪੈਗੀ ਫਿਰ ਤੁਹਾਡੇ ਇਹਦੇ ਨਾਲ ਇਨਸ਼ਾਅੱਲਾ ਸਾਰੇ ਕੰਮ ਹੁੰਦੇ ਰਹਿਣ ਕਰਨਗੇ ਤੇ ਹੋਰ ਬੱਚੋ ਤੁਹਾਨੂੰ ਦੱਸਿਆ ਵੀ ਮੈਂ ਹੁਣ WhatsApp ਨੰਬਰ ਤੁਹਾਡੇਆਂ ਦੇ ਬਣਾ ਦਿੱਤਾ ਹੈ ਤੇ ਕੋਈ ਮੇਰਾ ਭੈਣ ਭਰਾ ਕੋਈ ਐਸਾ ਕੋ ਅਜ ਕਾ ਕਰੋਨਾ ਵਾਇਰਸ ਦਾ ਚੱਲਦਾ ਹੋਇਆ ਮਸਲਾ ਹੈ ਕੋ ਜਿਹੜਾ ਬੰਦਾ ਕੋ ਮੇਰੇ ਕੋ ਪੁੱਤਰ ਦਮ ਕਰਾਉਣ ਆਂਦਾ ਹੈ ਉਹ ਇੱਕ ਇੱਕ ਨੇ ਦਮ ਕਰਾਉਣ ਦੇ ਨਾਲ ਤਿੰਨ ਬੰਦੇ ਨਾਲ ਹੋਰ ਆ ਜਾਂਦੇ ਨੇ ਇਸ ਲਈ ਹੁਣ ਮੈਂ ਬੜਾ ਕੋਈ ਇਨਸਾਨ ਨੂੰ ਕੋਈ ਐਮਰਜੈਂਸੀ ਹੋਵੇ ਕੋਈ ਜ਼ਰੂਰਤ ਹੋਵੇ ਤਾਂ ਤੁਸੀਂ ਬੈਠਾ ਜੀ ਮੈਨੂੰ ਕਾਲ WhatsApp ਤੇ ਕਾਲ ਕਰਕੇ ਤੁਸੀਂ ਆਪਣਾ ਦਮ ਵਗੈਰਾ ਮੈਂ ਕਰ ਦਾਂਗਾ ਠੀਕ ਹੈ ਕੋਈ ਬੜਾ ਹੀ ਮਸਲਾ ਬੜਾ ਹੀ ਕੋਰਜੈਂਟ ਕੋਈ ਐਸਾ ਮਸਲਾ ਬਣ ਜੇ ਤੇ ਇਸ ਲਈ ਮੈਂ ਉਹ ਆਪਣੇ ਕੋਲ ਜਿਹੜੇ ਬੰਦੇ ਆਉਂਦੇ ਨੇ ਉਹਨਾਂ ਨੂੰ ਮੈਂ ਘਟਾ ਦਿੱਤਾ ਹੈ ਠੀਕ ਹੈ ਤੇ ਦੋਸਤੋ ਤਨਵੇਂ ਚੀਜ਼ ਦੂਸਰੀ ਦੱਸੀ ਹੈ ਵੀ 11ਵੇਂ ਸ਼ਰੀਫ ਜਿਹੜੀ ਹੈ ਉਹ ਚੰਨ ਦੀ 10 ਨੂੰ ਹੋਣੀ ਹੈ ਠੀਕ ਹੈ ਤੁਸੀਂ ਆਪਣਾ 8 ਤੋਂ 9 ਤੱਕ ਤੁਸੀਂ ਆਪਣਾ ਜੋ ਵੀ ਹਿਸਾਬ ਪਾਣ ਹੁਣ ਪਾਦਣਾ ਕਰਨਾ ਹੁਣ ਮੈਂ ਦੁਬਾਰਾ ਦੁਬਾਰਾ ਨਹੀਂ ਕਹਿਣਾ ਇਹ ਤੁਸੀਂ ਹੁਣ ਆਪਣੇ ਆਪ ਯਾਦ ਰੱਖਣਾ ਕਰਨਾ ਲੋ ਫਿਰ ਅਸਲਾਮੁਅਲੈਕਮ ਯਾਦ ਰੱਖਣਾ ਜੀ